ਕੋਟੀ ਸੇਖਾਂ ਫੀਡ ਫੈਕਟਰੀ 'ਚ ਕੰਮ ਕਰਦੇ 3 ਵਰਕਰਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਮੋਗਾ ਵਿਖੇ ਚੀਮਾ ਰੋਡ 'ਤੇ ਸਥਿਤ ਇੱਕ ਫੀਡ ਫੈਕਟਰੀ 'ਚ ਸਵੇਰ ਸਮੇਂ ਕੰਮ ਕਰਦੇ ਫੈਕਟਰੀ ਦੇ 3 ਵਰਕਰਾਂ ਦੀ ਮੌਤ ਹੋ ਗਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ SP ਹਰਿੰਦਰਪਾਲ ਸਿੰਘ, DSP ਯਾਦਵਿੰਦਰ ਸਿੰਘ ਬਾਜਵਾ, ਥਾਣਾ ਮੁਖੀ ਜਸਵਿੰਦਰ ਸਿੰਘ ਭੱਟੀ ਵੱਲੋਂ ਜਾਂਚ ਆਰੰਭ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਫੈਕਟਰੀ 'ਚ ਮੌਜੂਦ ਬਾਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਰਨ ਵਾਲਿਆਂ 'ਚ ਪਿੰਡ ਖੋਸਾ ਕੋਟਲਾ ਦੇ 2 ਸਕੇ ਭਰਾ ਅਤੇ ਇੱਕ ਵਾਸੀ ਨਸ਼ੀਰਪੁਰ ਜਾਨੀਆਂ ਸ਼ਾਮਲ ਸਨ। ਫੈਕਟਰੀ 'ਚ ਮੌਜੂਦ ਲੋਕਾਂ ਮੁਤਾਬਕ ਫੈਕਟਰੀ ਅੰਦਰ ਬਣੀ 18 ਫੁੱਟ ਡੂੰਘੀ ਖੂਹ 'ਚ ਛੋਰੇ ਤੋਂ ਗੈਸ ਚੜ੍ਹਨ ਨਾਲ ਇਹਨਾਂ ਦੀ ਮੌਤ ਹੋਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਮੌਤ ਦੇ ਕਾਰਨਾਂ ਦੀ ਪੂਰੀ ਸੱਚਾਈ ਜਾਣਨ ਲਈ ਜਾਂਚ ਆਰੰਭ ਕਰ ਦਿੱਤੀ ਗਈ ਹੈ। ਅਪਡੇਟ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਘੰਟੀ ਦਾ ਬਟਨ ਦਬਾਓ ਤਾਂ ਕਿ ਅਪਡੇਟ ਖਬਰਾਂ ਤੁਹਾਡੇ ਕੋਲ ਤੁਰੰਤ ਪਹੁੰਚ ਸਕਣ।